ਲਤ ਮੰਗੀ ਮੈਂ ਕਿ ਕਮਲੇ ਹੁਸੈਨ ਮੌਲਤ ਮੰਗੇ ਨਬੀ ਦੇ ਮੋਢੇ ਦਾ ਸਵਾਰ ਮੌਲਤ ਮੰਗ ਨਹੀਂ ਸਕਦਾ ਮੌਲਤ ਦੇ ਸਕਦਾ ਮੇਰੇ ਹੁਸੈਨ ਮੌਲਤ ਮੰਗੀ ਨਹੀਂ ਯਾ ਦੁਸ਼ਮਣ ਕੋਲ ਮੰਗੇ ਯਾ ਤੂੰ ਪਾਣੀ ਮੰਗੇ ਰਾਜ਼ੀ ਕੋਈ ਨਹੀਂ ਮੇਰੇ ਹੁਸੈਨ ਦੁਸ਼ਮਣ ਕੋਲ ਮੌਲਤ ਮੰਗੇ ਫਰਮਾਇਆ ਨਹੀਂ ਮੈਂ ਤੈਨੂੰ ਮੌਲਤ ਦੇ ਨਾਲ ਦੀ ਰਾਤ ਮੇਰੇ ਕੋ ਰੱਬ ਨਾਲ ਗਾਲੀ ਕਰਾਂ ਲੋ ਮੱਤਾ ਤੇਰੀ ਤਕਦੀਰ ਜੋ ਕੋ ਬਦਲ ਪੋਵੇ ਤੇ ਆ ਵਣੇ ਮੇਰੇ ਪਾਸ ਇੱਥੇ ਬੇੜਾ ਪਾਰ ਉੱਥੇ ਬੇੜਾ ਮੇਰੇ ਹੁਸੈਨ ਨੇ ਮੌਲਤ ਦਿੱਤੀ ਹੈ ਹੁਣ ਪੂਰੀ ਰਾਤ ਮੇਰੇ ਹੁਸੈਨ ਅੱਲਾਹ ਦੀ ਯਾਦ ਵਿੱਚ ਗੁਜ਼ਾਰੀ ਹੈ ਸਵੇਰ ਦਾ ਟਾਈਮ ਸੀ ਮੇਰੇ ਇਮਾਮ ਨੇ ਇਰਸ਼ਾਦ ਫਰਮਾਇਆ ਅਕਬਰ ਜੀ ਬਾਬਾ ਫਰਮਾਇਆ ਹੁਣ ਤੱਕ ਅਜ਼ਾਨ ਦਿੰਦਾ ਨਾਫੇ ਬਿਨ ਹਲਾਲ ਮੌਜ਼ਨ ਮੇਰੇ ਪਾਸ ਹੁਸੈਨ ਦਾ ਫਰਮਾਇਆ ਅਕਬਰ ਅੱਜ ਆਖਰੀ ਦਿਹਾੜਾ ਹੈ ਅੱਜ ਸਵੇਰ ਦੀ ਅਜ਼ਾਨ ਤੂੰ ਦੇ ਬਾਬਾ ਮੈਂ ਕਿਹਾ ਫਰਮਾਇਆ ਬਾਬਾ ਅੱਜ ਮੇਰੇ ਮੁਅੱਜ਼ਨ ਦੀ ਅਜ਼ਾਨ ਕਰਬਲਾ ਤੱਕ ਮੈਂ ਸਕਦੀ ਹੈ ਕਿਆਮਤ ਦੇ ਅਮਰ ਤੱਕ ਨਹੀਂ ਮੈਂ ਸਕਦੀ ਕਿਆਮਤ ਦੇ ਅਮਰ ਤੱਕ ਨਹੀਂ ਮੈਂ ਸਕਦੀ ਹੁਣ ਬਾਬਾ ਤੂੰ ਅਲੀ ਅਕਬਰ ਹੈ ਨਾ ਅੱਜ ਤੂੰ ਕਰਬਲਾ ਦੇ ਟਿੱਬੇ ਜਿਹੜੀ ਅਜ਼ਾਨ ਦੇਸ ਹੈ ਨਾ ਉਹ ਅਜ਼ਾਨ ਮਿਟਾਉਣ ਵਾਲੇ ਖੁਦ ਮਿਟ ਗਏ ਸਨ ਤੇਰੀ ਅਜ਼ਾਨ ਕਿਆਮਤ ਤੱਕ ਗੂੰਜ ਸੁਭਾਨ ਅੱਲਾਹ ਸੁਭਾਨ ਅੱਲਾਹ ਉਹ ਕੋਈ ਨਹੀਂ ਮਿਟਾ ਸਕਦਾ ਸੁਭਾਨ ਅੱਲਾਹ ਸਾਰੀ ਰਾਤ ਮੇਰੇ ਹੁਸੈਨ ਅਚਾਨਕ ਕੂੰ ਭਾਈ ਹਜ਼ੂਰ ਬੈਠੇ ਬੈਠੇ ਮੈਂ ਸੁਚੇ ਨੇ ਜਿਹੜੇ ਹੋ ਗਾ ਆਪੜੀ ਇਨਾ ਲਿਲਾ ਹੈ ਵਈ ਨਾ ਹੈ ਰਾਜੋ ਸ਼ਰੀਕਤ ਹੁਸੈਨ ਨਾਲ ਬੈਠੀ ਹੈ ਅਰਜ਼ ਕਰੀ ਹੈ ਅੰਮਾ ਜਾਇਆ ਖੈਰ ਮਸ਼ਾਅੱਲਾ ਕੋਈ ਖਾਸ ਗੱਲ ਥੀ ਗਈ ਆਪਨੇ ਫਰਮਾਇਆ ਹਾਂ ਹੁਣ ਉਹ ਗਾਈਏ ਨਾਨਾ ਸੇ ਸਾਹਮਣੇ ਤਸ਼ਰੀਫ ਜਿੰਨੇ ਤੇ ਫਿਰ ਮੈਂ ਹੁਸੈਨ ਮੈਂ ਤੇਰੇ ਇੰਤਜ਼ਾਰ ਕਰ ਸੁਭਾਨ ਅੱਲਾ ਕਿਹੜਾ ਵੇਲਾ ਹੈ ਆਣਾ ਤੂੰ ਜਲਦੀ ਕਰ ਬਸ ਹੁਣ ਸਾਰੇ ਪਰਦੇ ਖਤਮ ਸਾਰੇ ਫਾਸਲੇ ਖਤਮ ਬੇਟਾ ਜਲਦੀ ਆਣਾ ਹੁਣ ਮੈਂ ਤੇਰੀ ਇੰਤਜ਼ਾਰ ਵਿੱਚ ਖੜਾ ਬਾਬਾ ਨਾਨਾ ਸੇ ਚਲੋ ਕੋਈ ਨਹੀਂ ਸਵੇਰ ਥੀ ਵੰਡੋ ਮੈਂ ਹਾਜ਼ਰ ਥੀ ਨਾ ਫਿਰ ਮੈਂ ਬੇਟਾ ਮੈਂ ਕੱਲਾ ਨਹੀਂ 1,24,000 ਨਬੀ ਵੀ ਨਾਲ ਖੜੇ ਨੇ ਇੰਤਜ਼ਾਰ ਵਿੱਚ ਸੁਭਾਨ ਅੱਲਾ 1,24,000 ਨਬੀ ਵੀ ਨਾਲ ਇੰਤਜ਼ਾਰ ਵਿੱਚ ਖੜੇ ਰਾਤ ਵੀ ਮੇਰੇ ਖਲ ਮੈਂ ਸੁਣਵਾਈ ਗੱਲ ਉਤਾ ਰਹੀ ਪ੍ਰੋਗਰਾਮ ਲਾ ਦੋ ਤੇ ਚਲੋ ਹੁਣ ਵੀ ਤੋਕ ਸੁਣਵਾ ਦੇਵਾਂ ਜ਼ਾਫਰ ਜੰਦਰ ਤੁਸੀਂ ਸੁਣਿਆ ਸੀ ਕਿੱਸਾ ਬਹੁਤ ਮਸ਼ਹੂਰ ਮਾਰੂਫ ਹੈ ਇਹਦੇ ਦਰਸਲ ਮਸਲਾ ਕੀ ਹੈ ਹਜ਼ੂਰ ਮੌਲਾ ਕਾਇਨਾਤ ਕਰਮ ਅੱਲਾਹ ਤਾਲਾ ਵਜ਼ੁਲ ਕਰੀਮ ਨੇ ਇੱਕ ਤਖਤ ਗੈਨ ਕੇ ਦਿੱਤਾ ਇਹਦੇ ਵਾਲਿਦ ਦੇ ਬਾਦ ਇੱਕ ਤਖਤ ਰੱਖ ਦਿੱਤਾ ਇਹਦੀ ਬਰਾਦਰੀ ਦੇ ਕੋਲ ਖਾਸ ਕੀਤਾ ਮੇਰੇ ਮੌਲਾ ਦੀ ਬਾਰਕਤ ਹਜ਼ਰਤ ਹਜ਼ੂਰ ਮਿਹਰਬਾਨੀ ਫਰਮਾਓ ਮੈਂ ਇੱਕ ਤਖਤ ਆਪਨੇ ਤਾਜ ਖੁਸ਼ੀ ਕਰਵਾਈ ਇੱਕ ਤਖਤ ਗੈਨ ਦਿੱਤਾ ਐਨ ਜਿਹੜਾ ਉਹ ਸਾਲ ਦਾ ਦਿਹਾੜਾ ਆਵੇਹਾ ਵਾਲੋ ਜਸ਼ਨ ਮਨਿਆ ਰਹਾ ਇਤਫਾਕ ਐਸਾ ਬਣਿਆ 10 ਮੁਹਰਮ 61 ਹਿਜਰੀ ਕਰਬਲਾ ਚ ਆਲੇ ਰਸੂਲ ਕੁਸਤੀ ਪਈਏ ਤੇ ਜਸ਼ਨ ਬਿਠਾ ਮਨਿਆ अपनी सवारी तो अबतले तशरीफ देने उनके कदम च आके अर्ज करेंगे सही मेरा हुक्म फरमाओ अक छपकन तो पहले पूरी यजीदियों को मैं फराह करके खत्म कर देवा मेरे हुसैन फरमाया ना ना असा मिटावण नहीं आया असा बचावण आया है ऐसा मिटावन नहीं आया सही इतनी ज्यादती हो तो हुक्म रहे हो जा आपने फरमाया नहीं तो वापस वाला बना किसी वापस बने मेरा जरूरी फरमाया वापस बना अर्ज की हुजूर चलो बाहर करे हो हुक्म नहीं बनेगा टिकन करे हो ना मैं खड़ता बना कम से कम तोड़े के साले तोड़े शहादत के बाद में बला चल कम फरमाया नहीं तो वापस चला वाल जेले उन्हें इसरार किया ना उन्हें मेरे इमाम ने फरमाया फरमाया देख मैं तेको परदे गाल पे करना दिखा नहीं सकता मेरे नाना से तशरीफ फरमा है मेरे बाबा अली से तशरीफ फरमा है मेरे वीर हसन से भी तशरीफ फरमा है हुन तू चलावा जो मेरी अम्मा आवण वाली है हुन तू चलावा जो मेरी अम्मा आवण वाली है चलावा तू जिस वेले रात गुजर गई सवेर थी गई सफा लग गया मेरे इमाम तशरीफ हिन्ने फरमाया आओ मैं तो गुड सावा मैं कौन हां मैं तो कोई मुगालते विच होवे मैं तो कह जी समझ च ना होवे गाल तो सुन गिनो इस वेले पूरे रो जमीन दूते मैं हुसैन दे बगैर गया कोई कह नहीं नबी दी जुबान भी चूसी होए नबी दे मुंडे भी चढ़या मेरे बगैर कोई कह नहीं अखी खोल के सुन गिनो देख गिनो मेरे बगैर कोई कह नहीं जय नबी दी जुबान चूसी होवे जेड़ा नबी दे मुंडे ते चढ़या होवे जय नबी दे ज़ुल्फा पकड़या होवे फरमाया मेरे बगैर कोई कह नहीं हुण भी पहचान वंजो ਤੁਸਾਂ ਜੋ ਕੁਝ ਯਾਦਤਾ ਕੀਤੇ ਕਰ ਕੀਤੇ ਲੇਕਿਨ ਹੁਣ ਵੀ ਮੈਂ ਫਤਹ ਦਾ ਦਰਵਾਜ਼ਾ ਖੋਲੀ ਖੜਾ ਜੰਨਤ ਦਾ ਬੂਹਾ ਖੋਲੀ ਖੜਾ ਤੌਬਾ ਕਰਿਓ ਆਓ ਫਿਰ ਮੈਂ ਜੰਨਤ ਵਿੱਚ ਪਹੁੰਚ ਜਾਵਾਂ ਕੀ ਕੋਈ ਹੈ ਐਸਾ ਆਦਮੀ ਜਿਹੜਾ ਇਤਨੇ ਇਮਤਿਹਾਨ ਵਿੱਚ ਆ ਕੇ ਮੈਂ ਮਾਫ ਕੀਤਾ ਕੋਈ ਹੈ ਐਸਾ ਆਦਮੀ ਉਹ ਕਰ ਸਕੇ ਜਿਹੜਾ ਨਬੀ ਦਾ ਖੂਨ ਹੋਵੇ ਉਹ ਕਰ ਸਕੇ ਜਿਹੜਾ ਕੋਈ ਨਹੀਂ ਕਰ ਸਕਦਾ